ਹੈਲੋ ਗਾਇਸ ਮਾਈ ਨੇਮ ਇਜ਼ ਕੋਮਲਪ੍ਰੀਤ ਕੌਰ ਐਂਡ ਆਮ ਵੈਲਕਮ ਯੂ ਆਲ ਓਨ ਮਾਈ YouTube ਚੈਨਲ ਟੂਡੇ ਦਾ ਟਾਪਿਕ ਆਫ ਮਾਈ ਵੀਡੀਓ ਇਜ਼ ਹਾਊ ਆਈ ਗਾਟ ਮਾਈ ਫਰਸਟ ਜੌਬ ਇਨ ਕੈਨੇਡਾ ਐਜ਼ ਅ ਇੰਟਰਨੈਸ਼ਨਲ ਸਟੂਡੈਂਟ ਤੇ ਸਟੋਰੀ ਬਹੁਤ ਈਜ਼ੀ ਜੀ ਹੈ ਮੈਨੂੰ ਪਹਿਲੇ ਹੀ ਵੀਕ ਚ ਮੈਨੂੰ ਲੈਂਡ ਹੋਣ ਦੇ ਹੀ ਪਹਿਲੇ ਵੀਕ ਚ ਕੰਮ ਮਿਲ ਗਿਆ ਸੀਗਾ ਪਰ 27th ਸੈਪਟੈਂਬਰ 2021 ਨੂੰ ਕੈਨੇਡਾ ਲੈਂਡ ਹੋਈ ਸੀਗੀ ਤੇ ਲੈਂਡ ਹੁੰਦੇ ਸਾਰੀ ਮੇਰੇ ਦਿਮਾਗ 'ਚ ਇਹ ਪਹਿਲੀ ਚੀਜ਼ ਸੀਗੀ ਕਿ ਮੈਂ ਆਪਣੀ ਪਾਰਟ ਟਾਈਮ ਜੌਬ ਸਟਾਰਟ ਕਰਨੀ ਹੈ ਤਾਂ ਕਿ ਮੇਰੀ ਜੀਆਈਸੀ ਸੇਵ ਰਹੇ ਤਾਂ ਕਿ ਮੈਂ ਆਪਣੀ ਜੀਆਈਸੀ ਜਾਂ ਫਿਰ ਜਿਹੜੀ ਕਰੰਸੀ ਮੈਂ ਆਪਣੇ ਨਾਲ ਲੈ ਕੇ ਆਈ ਸੀ ਉਹਨੂੰ ਮੈਂ ਜ਼ਿਆਦਾ ਯੂਜ਼ ਨਾ ਕਰਾਂ ਤਾਂ ਇਹਦੇ ਲਈ ਮੈਂ ਕੁਝ ਕੁ ਪੁਆਇੰਟਸ ਲਿਖੇ ਹੈ ਕਿ ਕਿਨਾਂ ਨੂੰ ਫੋਲੋ ਕਰਕੇ ਤੁਸੀਂ ਈਜ਼ੀਲੀ ਜੌਬ ਲੈ ਸਕਦੇ ਹੋ ਤੇ ਇਹਦੇ ਐਂਡ 'ਚ ਮੈਂ ਇਹ ਵੀ ਦੱਸੂਗੀ ਕਿ ਉਹ ਫਸਟ ਜੌਬ ਮੈਂ ਕਿਉਂ ਛੱਡੀ ਸੋ ਲੈਟਸ ਸਟਾਰਟ ਵਿਦ ਦਾ ਫਰਸਟ ਪੁਆਇੰਟ ਦਾ ਫਰਸਟ ਪੁਆਇੰਟ ਇਜ਼ ਰੈਜ਼ਿਊਮੇ ਬਿਲਡਿੰਗ ਸੋ ਯੂ ਹੈਵ ਟੂ ਬਿਲਡ ਯੋਰ ਰੈਜ਼ਿਊਮੇ ਓਨ ਦਸ ਆਰ ਹੀ ਤੁਹਾਡਾ ਪਹਿਲਾ ਤੇ ਫਰਮੋਸਟ ਕੰਮ ਇਹ ਹੈ ਕਿ ਤੁਸੀਂ ਆਪ ਦਾ ਰੈਜ਼ਿਊਮੇ ਬਿਲਡ ਕਰਨਾ ਹੈ ਰੈਜ਼ਿਊਮੇ ਦੇ ਬਿਲਡ ਵਿੱਚ ਤੁਸੀਂ ਆਪ ਆਪਣੀ ਕੁਆਲੀਫਿਕੇਸ਼ਨਸ ਲਿਖੋ ਤੁਹਾਨੂੰ ਕੋਈ ਪਾਸਟ ਐਕਸਪੀਰੀਅੰਸ ਹੈ ਜੌਬ ਦਾ ਤਾਂ ਉਹ ਮੈਂਸ਼ਨ ਕਰੋ ਤੇ ਕੋਸ਼ਿਸ਼ ਕਰੋ ਕਿ ਤੁਸੀਂ ਐਕਸਪੀਰੀਅੰਸ ਜ਼ਰੂਰ ਮੈਂਸ਼ਨ ਕਰੋ ਭਾਵੇਂ ਤੁਹਾਨੂੰ ਹੈਗਾ ਆ ਪਾਵੇ ਨਹੀਂ ਹੈ ਤੁਸੀਂ ਐਕਸਪੀਰੀਅੰਸ ਜ਼ਰੂਰ ਮੈਂਸ਼ਨ ਕਰੋ ਇਹ ਟ੍ਰਿਕ ਮੈਂ ਫਾਲੋ ਕੀਤੀ ਸੀਗੀ ਤੇ ਦੂਸਰੀ ਚੀਜ਼ ਹੈ ਆਪਣੀ ਅਵੇਲੇਬਿਲਟੀ ਲਿਖਣਾ ਕਿ ਤੁਸੀਂ ਵੀਕਐਂਡਸ ਤੇ ਅਵੇਲੇਬਲ ਹੋ ਵੀਕਡੇਸ ਤੇ ਅਵੇਲੇਬਲ ਹੋ ਤੁਸੀਂ ਈਵਨਿੰਗ ਟਾਈਮ ਕੰਫਰਟੇਬਲ ਹੋ ਜਾਂ ਫਿਰ ਤੁਸੀਂ ਮਾਰਨਿੰਗ ਟਾਈਮ ਕੰਫਰਟੇਬਲ ਹੋ ਕਿਸ ਟਾਈਮ ਤੁਸੀਂ ਜੌਬ ਕਰਨ ਲਈ ਕੰਫਰਟੇਬਲ ਹੋ ਤਾਂ ਆਪਣੀ ਅਵੇਲੇਬਿਲਟੀ ਮੋਸਟ ਇੰਪੋਰਟੈਂਟ ਹੈ ਜਿਹੜੀ ਲਿਖਣੀ ਸੀ ਤੇ ਮੈਂ ਇੱਥੇ ਹੀ ਇੱਕ ਗਲਤੀ ਕੀਤੀ ਸੀ ਜਿਸ ਦੀ وجہ ਨਾਲ ਮੈਨੂੰ ਉਹ ਜੌਬ ਛੱਡਣੀ ਪੈ ਗਈ ਸੀਗੀ ਦ ਸੈਕਿੰਡ ਵਨ ਇਜ਼ ਗੋਲਸ ਤੁਹਾਡੇ ਤੁਹਾਨੂੰ ਆਂਦੇ ਸਾਰ ਹੀ ਜੌਬ ਨਹੀਂ ਮਿਲ ਜੇਗੀ ਐਕਸੈਪਟ ਤੁਹਾਡੇ ਕੋਲ ਕੋਈ ਰੈਫਰੈਂਸ ਹੈਗੀ ਆ ਬਟ ਮੈਂ ਇਹ ਜੌਬ ਵਿਦਆਊਟ ਰੈਫਰੈਂਸ ਲਿੱਤੀ ਸੀਗੀ ਮੇਰੇ ਕੋਲ ਕੋਈ ਰੈਫਰੈਂਸ ਨਹੀਂ ਸੀਗੀ ਤੇ ਮੇਰੇ ਰੂਮ ਮੇਟਸ ਨੇ ਮੈਨੂੰ ਆਂਦੇ ਹੀ ਇਹ ਕਿਹਾ ਸੀਗਾ ਕਿ ਵਿਦਆਊਟ ਰੈਫਰੈਂਸ ਤੈਨੂੰ ਇੰਨੀ ਜਲਦੀ ਜੌਬ ਨਹੀਂ ਮਿਲਨੀ ਪਰ ਮੇਰਾ ਰੋਜ਼ ਦਾ ਗੋਲ ਹੁੰਦਾ ਸੀ ਕਿ ਮੈਂ ਆਪਦੇ ਪੰਜ ਰੈਜ਼ਿਊਮੇ ਆਪਦੇ ਨਾਲ-ਨਾਲ ਵਾਲੀ ਜਗ੍ਹਾ ਤੇ ਜ਼ਰੂਰ ਦੇ ਕੇ ਆਣੇ ਨੇ ਤੇ ਉਹਨਾਂ ਦੇ ਓਨਰ ਜਾਂ ਮੈਨੇਜਰ ਜਿਹੜੇ ਵੀ ਉੱਥੇ ਪ੍ਰੈਜ਼ੈਂਟ ਹੈ ਉਹਨਾਂ ਨਾਲ ਜ਼ਰੂਰ ਗੱਲ ਕਰਕੇ ਆਣੀ ਹੈ ਤੇ ਇੱਥੇ ਇੱਕ ਪੁਆਇੰਟ ਹੋਰ ਨੋਟਿਸ ਕਰਨਾ ਏ ਕਿ ਹਮੇਸ਼ਾ 10 ਵਜੇ ਤੋਂ ਲੈ ਕੇ 2 ਵਜੇ ਦੇ ਵਿੱਚ ਵਿੱਚ ਆਪਦੇ ਰੈਜ਼ਿਊਮੇ ਲੈ ਕੇ ਜਾਣੇ ਕਿਉਂਕਿ 올ਸ ਟਾਈਮ ਤੇ ਮੈਨੇਜਰਸ ਮੋਸਟਲੀ ਸਟੋਰਸ ਤੇ ਹੁੰਦੇ ਆ ਤੇ ਤੁਹਾਡਾ ਰੈਜ਼ਿਊਮੇ ਡਾਇਰੈਕਟਲੀ ਮੈਨੇਜਰਸ ਦੇ ਹੱਥ ਤੇ ਚੱਲੇ ਜਾਂਦਾ ਹੈ ਤੇ ਮੈਂ ਐਦਾਂ ਹੀ ਕਰਦੀ ਸੀ ਮੇਰੇ ਘਰ ਦੇ ਕੋਲ 923 ਤੇ ਬੱਸ ਆ ਜਾਂਦੀ ਹੈ ਤੇ ਮੈਂ ਉਹ ਲੈ ਕੇ ਸਿੱਧਾ ਸ਼ਾਪਸ ਤੇ ਜਾਂ ਜਿਹੜੇ ਵੀ ਸਟੋਰਸ ਹੁੰਦੇ ਸੀਗੇ ਉਹਨਾਂ ਤੇ ਪਹੁੰਚ ਜਾਣਾ ਤੇ ਮੈਂ ਉੱਥੇ ਜਾਂਦੇ ਹੀ ਇਹ ਕਹਿਣਾ ਕਿ ਅ ਡੂ ਯੂ ਹੈਵ ਐਨੀ ਕਾਈਂਡ ਆਫ ਪਾਰਟ ਟਾਈਮ ਜੌਬ ਫॉर ਅ ਸਟੂਡੈਂਟ ਆਮ ਅ ਨਿਊ ਸਟੂਡੈਂਟ ਇਨ ਕੈਨੇਡਾ ਮੇ ਇ ਟਾਕ ਟੂ ਯੋਰ ਮੈਨੇਜਰ ਤੇ ਇਸ ਤਰੀਕੇ ਨਾਲ ਤੁਸੀਂ ਉੱਥੇ ਜਾ ਕੇ ਦੇਣਾ ਹੈ ਤੇ ਆਪ ਦਾ ਰੈਜ਼ਿਊਮੇ ਹੈਂਡ ਓਵਰ ਕਰ ਦੇਣਾ ਤੇ ਤੁਹਾਡਾ ਰੈਜ਼ਿਊਮੇ ਡਾਇਰੈਕਟਲੀ ਮੈਨੇਜਰ ਦੇ ਹੱਥ ਵਿੱਚ ਜਾਏਗਾ ਉਸ ਤੋਂ ਬਾਅਦ ਥਰਡ ਇੰਪੋਰਟੈਂਟ ਥਿੰਗ ਹੈ ਲੇਜ਼ੀਨੈਸ ਲੇਜ਼ੀਲੀ ਫੀਲ ਕਰਨਾ ਕਿ ਅੱਜ ਛੱਡ ਦਿੰਦੇ ਆ ਕੱਲ ਚੱਲਾਂਗੇ ਅ ਇੱਕ ਮਿਸਟੇਕ ਮੈਂ ਕੀਤੀ ਸੀਗੀ ਕਿ ਮੈਂ ਇਵਨ ਮੈਨੂੰ ਜੋਬ ਮਿਲੀ ਸੀਗੀ ਸੱਤ ਦਿਨ ਤੋਂ ਬਾਅਦ ਮੈਨੂੰ ਜੋਬ ਮਿਲੀ ਸੀ ਇੱਥੇ ਆ ਕੇ ਤੇ ਮੈਂ ਉਹ ਮੈਂ ਬਹੁਤ ਜ਼ਿਆਦਾ ਇਸ ਚੀਜ਼ ਨੂੰ ਲੈ ਕੇ ਬਹੁਤ ਆਪਟੀਮਿਸਟਿਕ ਸੀਗੀ ਤੇ ਮੈਂ ਆਂਦੇ ਹੀ ਆਪਣੇ ਫਰੈਂਡਸ ਨਾਲ ਗੱਲ ਕੀਤੀ ਕਿ ਆਪਾਂ ਹਨਾ ਜਿਹੜੇ ਨਵੇਂ ਆਏ ਸੀਗੀ ਆਪਾਂ ਰੈਜ਼ਿਊਮੇ ਲੈ ਕੇ ਚੱਲਦੇ ਆਂ ਬਟ ਉਹਨਾਂ ਦੀ ਵਰਡਿੰਗ ਹਮੇਸ਼ਾ ਹੁੰਦੀ ਸੀ ਕਿ ਕੱਲ ਚੱਲਾਂਗੇ ਕੱਲ ਚੱਲਾਂਗੇ ਕੱਲ ਚੱਲਾਂਗੇ ਬਟ ਮੈਂ ਇਸ ਚੀਜ਼ ਨੂੰ ਇਗਨੋਰ ਕੀਤਾ ਤੇ ਮੈਂ ਖੁਦ ਆਪਦੇ ਰੈਜ਼ਿਊਮੇ ਲੈ ਕੇ ਜਾਂਦੀ ਰਹੀ ਤੇ ਐਸ ਕੰਪੇਅਰਡ ਮੈਨੂੰ ਇੱਕ ਵੀਕ ਤੋਂ ਬਾਅਦ ਜੌਬ ਮਿਲ ਗਈ ਸੀਗੀ ਤੇ ਉਹ ਬੱਚਿਆਂ ਨੂੰ ਅਪਰੋਕਸੀਮੇਟਲੀ 1 ਮਹੀਨੇ ਤੋਂ ਜ਼ਿਆਦਾ ਟਾਈਮ ਲੱਗ ਗਿਆ ਜੌਬ ਲੈਣ ਲਈ ਅਨਦਰ ਪੁਆਇੰਟ ਇਜ਼ ਕਾਲਸ ਤੁਸੀਂ ਹਮੇਸ਼ਾ ਅਗਰ ਰੈਜ਼ਿਊਮੇ ਬੰਡ ਰਹੇ ਹੋ ਉਸ ਟਾਈਮ ਪੀਰੀਅਡ ਦੇ ਵਿੱਚ ਤੁਸੀਂ ਆਪਦੀ ਕਾਲਸ ਕਾਲ ਬੁੱਕ ਦਾ ਧਿਆਨ ਬਹੁਤ ਜ਼ਰੂਰੀ ਰੱਖਣਾ ਹੈਗਾ ਕਿਉਂਕਿ ਮੋਸਟਲੀ ਸਟੋਰਸ ਦੇ ਮੈਨੇਜਰ ਤੁਹਾਨੂੰ ਵੌਇਸ ਕਾਲ ਵੌਇਸ ਮੇਲ ਛੱਡ ਦਿੰਦੇ ਆ ਜਾਂ ਤੁਹਾਨੂੰ ਡਾਇਰੈਕਟ ਕਾਲ ਕਰਦੇ ਆ ਦੈਟ ਯੋਰ ਰੈਜ਼ਿਊਮੇ ਇਜ਼ ਸ਼ਾਰਟਲਿਸਟਡ ਯੂ ਨੀਡ ਟੂ ਰਿਕਵਰ ਟੂ ਕਮ ਟੂ ਦਾ ਸਟੋਰ ਫॉर द ਇੰਟਰਵਿਊ ਤੇ ਇਦਾਂ ਦੀ ਕੁਝ ਗੱਲਾਂ ਕਹਿੰਦੇ ਨੇ ਤੇ ਤੁਸੀਂ ਹਮੇਸ਼ਾ ਆਪਣੇ ਫੋਨ ਦਾ ਧਿਆਨ ਰੱਖਣਾ ਕਿ ਕੋਈ ਵੀ ਅਗਰ ਤੁਹਾਨੂੰ ਅਨਨੋਨ ਨੰਬਰ ਤੋਂ ਤੁਹਾਨੂੰ ਕੋਈ ਵੀ ਕਾਲ ਆ ਰਹੀ ਹੈ ਤੇ ਤੁਸੀਂ ਇਸ ਚੀਜ਼ ਨੂੰ ਧਿਆਨ 'ਚ ਰੱਖਣਾ ਹੈ ਕਿ ਮੇਬੀ ਉਹ ਸਟੋਰ ਤੋਂ ਹੋ ਸਕਦੀ ਹੈ ਤੁਹਾਡੀ పార్ਟ ਟਾਈਮ ਜੌਬ ਲਈ ਅਗਲਾ ਪੁਆਇੰਟ ਜਿਹੜਾ ਤੁਸੀਂ ਧਿਆਨ ਰੱਖਣਾ ਹੈ ਉਹ ਹੈ ਤੁਹਾਡਾ ਨੀਡ ਉਹਨਾਂ ਨੂੰ ਹਮੇਸ਼ਾ ਇਹ ਜਿਤਾਓ ਕਿ ਤੁਹਾਨੂੰ ਜੌਬ ਦੀ ਬਹੁਤ ਜ਼ਿਆਦਾ ਜ਼ਰੂਰਤ ਹੈ ਤੇ ਤੇ ਮੈਂ ਜੌਬ ਲਿੱਤੀ ਸੀਗੀ ਉੱਥੇ ਉੱਥੋਂ ਮੈਂ ਸੁਪਰਵਾਈਜ਼ਰ ਨੂੰ ਉਹ ਇੱਕ ਗੁਜਰਾਤੀ ਮੁੰਡਾ ਸੀਗਾ ਤੇ ਮੈਨੂੰ ਇਹ ਦਿਖਾਏ ਸੀ ਕਿ ਮੈਂ ਇੰਟਰਨੈਸ਼ਨਲ ਸਟੂਡੈਂਟ ਐ ਮੈਨੂੰ ਬਹੁਤ ਨੀਡ ਐ ਜੌਬ ਦੀ ਤੇ ਪਲੀਜ਼ ਤੁਸੀਂ ਮੇਰਾ ਰੈਜ਼ਿਊਮੇ ਅੱਗੇ ਮੈਨੇਜਰ ਨੂੰ ਹੈਂਡਓਵਰ ਕਰ ਦਿਓ ਤੇ ਉੱਥੇ ਤੁਸੀਂ ਆਪਣੀ ਨੀਡ ਜ਼ਰੂਰ ਦਿਖਾਣੀ ਐ ਅਗਲਾ ਪੁਆਇੰਟ ਐ ਕਿ ਉਹਨਾਂ ਨੂੰ ਇਹ ਸਾਬਿਤ ਕਰੋ ਕਿ ਤੁਸੀਂ ਉਸ ਜੌਬ ਲਈ ਬੈਸਟ ਹੋ ਫੋਰ ਇਗਜ਼ਾਮਪਲ ਮੇਰੀ ਸਗੀ ਇੱਕ ਰੈਸਟੋਰੈਂਟ ਤੇ ਜੌਬ ਸੀਗੀ ਇੱਕ ਕੈਨੇਡੀਅਨ ਲੇਡੀ ਸੀਗੀ ਉਸ ਦੀ ਓਨਰ ਤੇ ਉਸ ਦੇ ਰੈਸਟੋਰੈਂਟ ਦੇ ਤਿੰਨ ਚਾਰ ਬ੍ਰਾਂਚੇਸ ਸੀਗੀਆਂ ਤੇ ਮੈਂ ਉਹਨੂੰ ਇਦਾਂ ਦਿਖਾਇਆ ਕਿ ਮੈਨੂੰ ਹਾਂ ਉਹ ਕਹਿੰਦੀ ਸੀਗੀ ਕਿ ਤੂੰ ਇਹ ਚੀਜ਼ ਕਰ ਸਕਦੀ ਹਾਂਜੀ ਹਾਂਜੀ ਯੈਸ 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 ਇਹ ਚੀਜ਼ ਦਾ ਧਿਆਨ ਰੱਖਣਾ ਕਿ ਕੁਝ ਚੀਜ਼ਾਂ ਸਾਨੂੰ ਨਹੀਂ ਵੀ ਆਉਂਦੀਆਂ ਹੋਣਗੀਆਂ ਜਿਵੇਂ ਗ੍ਰਿਲਰ ਨੂੰ ਯੂਜ਼ ਕਰਨਾ ਜਾਂ ਕੋਈ ਵੀ ਇਦਾਂ ਦੀ ਚੀਜ਼ ਬਟ ਉਹਨਾਂ ਨੂੰ ਕਹੋ ਕਿ ਮੈਨੂੰ ਥੋੜੀ ਜੀ ਪ੍ਰੋਬਲਮ ਹੈ ਅਗਰ ਤੁਸੀਂ ਮੈਨੂੰ ਇਸ ਤੇ ਗਾਈਡ ਕਰੋਗੇ ਜਾਂ ਅਦਰ ਤੁਸੀਂ ਮੈਨੂੰ ਪ੍ਰੋਪਰਲੀ ਟ੍ਰੇਨ ਕਰੋਗੇ ਤਾਂ ਮੈਂ इजीली ਇਸ ਚੀਜ਼ ਨੂੰ ਵੀ ਕੱਟ ਸਕਦੀ ਹਾਂ ਕਵਰ ਅਪ ਇਸ ਚੀਜ਼ ਦਾ ਧਿਆਨ ਰੱਖਣਾ ਕਦੇ ਵੀ ਤੁਸੀਂ ਇਹ ਚੀਜ਼ ਨਹੀਂ ਕਹਿ ਦੇਣੀ ਕਿ ਨਹੀਂ ਮੇਰੇ ਤੋਂ ਨਹੀਂ ਹੋਣਾ ਮੈਂ ਨਹੀਂ ਕੱਟ ਸਕਦਾ ਜਾਂ ਮੈਂ ਨਹੀਂ ਕਰ ਸਕਦੀ ਤੁਸੀਂ ਹਮੇਸ਼ਾ ਕਰੋ ਥੈਟ ਆਈ ਕੈਨ ਡੂ ਇਟ ਬਟ ਵਾਟ ਆਈ ਨੀਡ ਇਜ਼ ਲिटल ਬਿਟ ਆਫ ਟ੍ਰੇਨਿੰਗ অর ਯੋਰ ਗਾਈਡੈਂਸ ਕੌਨਫੀਡੈਂਸ ਹਮੇਸ਼ਾ ਬਣਾਏ ਰੱਖਣਾ ਹੈ ਹਮੇਸ਼ਾ ਉਸ ਆਈ ਟੂ ਆਈ ਕੰਟੈਕਟ ਮੇਨਟੇਨ ਕਰਨਾ ਜਦੋਂ ਵੀ ਤੁਹਾਡੀ ਕੁਐਸਚਨਿੰਗ ਹੋਏਗੀ ਤੇ ਮੈਂ ਇਹ ਚੀਜ਼ ਨੋਟਿਸ ਕੀਤੀ ਹੈ ਕਿ ਇਹ ਇਹ ਚੀਜ਼ ਡਿਪੈਂਡ ਨਹੀਂ ਕਰਦੀ ਕਿ ਕਿੱਦਾਂ ਹੈ ਕੀ ਨਹੀਂ ਹੈ ਇਹ ਮੋਸਟਲੀ ਡਿਪੈਂਡ ਕਰਦਾ ਹੈ ਕਿ ਸਟੋਰ ਤੇ ਵੈਕੈਂਸੀ ਹੈਗੀ ਹੈ ਜਾਂ ਨਹੀਂ ਅਗਰ ਸਟੋਰ ਤੇ ਕੋਈ ਵੈਕੈਂਸੀ ਹੁੰਦੀ ਹੈ ਤਾਂ ਉਹ ਇੱਕਦਮ ਰੈਜ਼ਿਊਮੇ ਜਿਹੜੇ ਉਹਨਾਂ ਕੋਲ ਪਏ ਹੁੰਦੇ ਉਹ ਤੋਂ ਪਿਕ ਕਰ ਲੈਂਦੇ ਆ ਤੇ ਉਸ ਤੋਂ ਕਾਲਸ ਕਰਦੀਆਂ ਸਟਾਰਟ ਕਰ ਦਿੰਦੇ ਆ ਤੇ ਹਮੇਸ਼ਾ ਯਾਦ ਰੱਖੋ ਕਿ ਐਜ਼ ਅ ਇੰਟਰਨੈਸ਼ਨਲ ਸਟੂਡੈਂਟ ਤੁਸੀਂ ਹਰ ਤਰ੍ਹਾਂ ਦੀ ਜੌਬ ਕਰਨ ਲਈ ਰੈਡੀ ਰਹਿਣਾ ਹੈ ਕਿਉਂਕਿ ਜੌਬ ਓਪਰਚ्युनिटीज ਬਹੁਤ ਹੁੰਦੀਆਂ ਹਨ ਅਗਰ ਅਸੀਂ ਪਿੱਕੀ ਹੋ ਜਾਂਦੇ ਹਾਂ ਤਾਂ ਫਿਰ ਥੋੜਾ ਜਿਹਾ ਡਿਫਿਕਲਟ ਹੋ ਜਾਂਦਾ ਹੈ ਯਾ ਕਹਿ ਸਕਦਾ ਅਸੀਂ ਥੋੜਾ ਜਿਹਾ ਲੇਟ ਹੋ ਜਾਂਦਾ ਹੈ ਜੌਬ ਪਾਰਟ ਟਾਈਮ ਜੌਬ ਲੱਭਣਾ ਉਸ ਤੋਂ ਬਾਅਦ ਇੰਪੋਰਟੈਂਟ ਪੁਆਇੰਟ ਮੈਂ ਇੱਥੇ ਮੈਂਸ਼ਨ ਕਰਨਾ ਚਾਹੁੰਦੀ ਹਾਂ ਕਿ ਮੈਂ ਆਪ ਦੀ ਫਸਟ ਜੌਬ ਸੈਕਿੰਡ ਵੀਕ ਚ ਹੀ ਕਿਉਂ ਛੱਡ ਦਿੱਤੀ ਅ ਤੇ ਮੈਂ ਘਰ ਦੇ ਮੇਰੇ ਬਿਲਕੁਲ ਘਰ ਦੇ ਨਜ਼ਦੀਕ ਸਟੋਰ ਸੀਗਾ ਤੇ ਮੈਂ ਉੱਥੇ ਜਾ ਕੇ ਇੰਟਰਵਿਊ ਦਿੱਤੀ ਤੇ ਉਹਨਾਂ ਨੇ ਮੈਨੂੰ ਕਿਹਾ ਕਿ ਇਸ ਸਟੋਰ ਤੇ ਵੈਕੈਂਸੀ ਨਹੀਂ ਹੈਗੀ ਤੁਹਾਨੂੰ ਦੂਜੇ ਸਟੋਰ ਤੇ ਕੰਮ ਕਰਨਾ ਪਏਗਾ ਤੇ ਉਹ ਸਟੋਰ ਐਪ੍ਰੋਕਸੀਮੇਟਲੀ ਮੈਨੂੰ ਬੱਸ ਚੋਂ ਸਟੋਰ ਤੱਕ ਜਾਣ ਲਈ ਲੱਗ ਜਾਂਦੇ ਸੀਗੇ 2 2 ਘੰਟੇ ਐਪ੍ਰੋਕਸੀਮੇਟਲੀ ਲੱਗ ਜਾਂਦੇ ਸੀਗੇ ਤੇ ਉੱਥੇ ਜਾ ਕੇ ਮੇਰੀ ਸ਼ਿਫਟਸ ਹੁੰਦੀ ਸੀਗੀ 2 ਘੰਟੇ ਦੀ 2.5 ਘੰਟੇ ਦੀ ਤੇ ਉਹਦਾ ਟ੍ਰੇਨਿੰਗ ਪੀਰੀਅਡ ਬਹੁਤ ਹੀ ਘੱਟ ਸੀਗਾ ਉਸ ਤੋਂ ਬਾਅਦ ਇਹ ਚੀਜ਼ ਆ ਗਈ ਸੀ ਕਿ ਉਹਨਾਂ ਨੇ ਮੇਰੀ ਜੋ ਸ਼ਿਫਟ ਸੀਗੀਆਂ ਉਹ ਸੈਗਰੀਗੇਟ ਕਰਕੇ ਹਰ ਇੱਕ ਦਿਨ 3-3 ਘੰਟੇ ਦੀ ਪਾਤੀ ਦੀ ਪਾਤੀ ਸੀ ਤੇ ਇਸ ਚੀਜ਼ ਦਾ ਤੁਸੀਂ ਹਮੇਸ਼ਾ ਧਿਆਨ ਰੱਖਣਾ ਹੈ ਕਿ ਤੁਸੀਂ ਆਪਣੀ ਅਵੇਲੇਬਿਲਿਟੀ ਇੱਦਾਂ ਦੋ ਕਿ ਤੁਹਾਡੀ ਹਰ ਰੋਜ਼ ਸ਼ਿਫਟ ਨਾ ਪਵੇ ਤੇ ਤੁਸੀਂ ਕੋਸ਼ਿਸ਼ ਕਰੋ ਕਿ ਇੱਦਾਂ ਲਿਖ ਕੇ ਦੋ ਆਈ ਐਮ ਅਵੇਲੇਬਲ ਔਨ ਮੰਡੇ ਟਿਊਜ਼ਡੇ ਵੈਡਨਸਡੇ ਔਰ ਆਮ ਅਵੇਲੇਬਲ ਔਨ ਸੈਟਰਡੇ ਸੰਡੇ ਐਂਡ ਮੰਡੇ ਅਗਰ ਤੁਸੀਂ ਲਿਖ ਕੇ ਦੇ ਦੇਦੋਗੇ ਕਿ ਹਾਂਜੀ ਮੈਂ ਇਸ ਦਿਨ ਇਸ ਵਸ ਤੋਂ ਇੰਨੇ ਟਾਈਮ ਤੋਂ ਨੇ ਟਾਈਮ ਤੱਕ ਫ੍ਰੀ ਹਾਂ ਜਾਂ ਮੈਂ ਇਸ ਦਿਨ ਇੰਨੇ ਟਾਈਮ ਤੋਂ ਨੇ ਤਾਂ ਟਾਈਮ ਤੱਕ ਫ੍ਰੀ ਹਾਂ ਕਿ ਉਹ ਤੁਹਾਡੀਆਂ ਜਿਹੜੀਆਂ ਸ਼ਿਫਟਸ ਐ ਉਹ ਹਰ ਹਰ ਇੱਕ ਦਿਨ ਦੇ ਵਿੱਚ ਥੋੜੀ ਥੋੜੀ ਕਰਕੇ ਸੈਗਰੀਗੇਟ ਕਰ ਦੇਣਗੇ ਜਿਸ ਦੀ ਵਜ੍ਹਾ ਨਾਲ ਤੁਹਾਨੂੰ ਮੁਸ਼ਕਲ ਹੋਏਗੀ ਕਿਉਂਕਿ ਤੁਹਾਡੇ ਟ੍ਰੈਵਲ ਦੇ ਐਕਸਪੈਂਸਸ ਵਧਣਗੇ ਤੇ ਦੂਜਾ ਤੁਹਾਡੇ ਸ਼ਿਫਟ ਦਾ ਟਾਈਮ ਘੱਟ ਹੋਏਗਾ ਹੋਪ ਕਿ ਤੁਹਾਨੂੰ ਮੇਰੀ ਵੀਡੀਓ ਚੰਗੀ ਲੱਗੀ ਹੋਵੇ ਤੇ ਇਹ ਤੁਹਾਡੇ ਲਈ ਯੂਸਫੁਲ ਹੋਵੇ ਜਿਹੜੇ ਵੀ ਸਟੂਡੈਂਟਸ ਨਵੇਂ ਕੈਨੇਡਾ ਵਿੱਚ ਲੈਂਡ ਹੋਣੇ ਚੀਜ਼ਾਂ ਉਹਨਾਂ ਲਈ ਯੂਸਫੁਲ ਹੋਵੇ ਮੈਂ ਅੱਗੇ ਵੀ ਇਦਾਂ ਦੀਆਂ ਹੀ ਕੁਝ ਵੀਡੀਓਜ਼ ਸ਼ੇਅਰ ਕਰੂੰਗੀ ਅਗਰ ਕੋਈ ਵੀ ਹੋਰ ਇੰਟਰਸਟਿਡ ਹੈ ਕੋਈ ਹੋਰ ਟੌਪਿਕ ਲੈ ਕੇ ਜਿਸਦੇ ਬਾਰੇ ਉਹ ਇਨਫੋਰਮੇਸ਼ਨ ਲੈਣਾ ਚਾਹੁੰਦੇ ਹੋ ਤੇ ਉਹ ਮੈਨੂੰ ਕਮੈਂਟ ਸੈਕਸ਼ਨ ਵਿੱਚ ਕਮੈਂਟ ਕਰ ਸਕਦੇ ਨੇ ਸੋ ਥੈਂਕ ਯੂ ਥੈਂਕ ਯੂ ਫਾਰ ਵਾਚਿੰਗ ਦਿਸ ਵੀਡੀਓ ਬਾਏ ਬਾਏ